ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬਰਨਾਲਾ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣਾ 12ਵਾਂ ਸਾਲਾਨਾ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਰਾਜਵੰਤ ਕੌਰ ਵੱਲੋਂ ਸ਼ਿਰਕਤ ਕੀਤੀ ਗਈ। ਸਕੂਲ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਮਾਂ ਬੰਨ ਦਿੱਤਾ। ਦੇਸ਼ ਤੋਂ ਬੋਲਦਿਆਂ ਸ਼੍ਰੀਮਤੀ ਸਨੇਹਪ੍ਰੀਤ ਕੌਰ ਅਤੇ ਸ਼੍ਰੀਮਤੀ ਕਿਨਾ ਦੇਵੀ ਨੇ ਸਕੂਲ ਦੀਆਂ ਪ੍ਰਾਪਤੀਆਂ ਗਿਣਵਾਈਆਂ। ਮੇਰਾ ਨਾਮ ਅਨੂ ਸਿੰਘ ਹੈ ਜੀ। ਜੋ ਮੈਡਮ ਤੁਸੀਂ ਇਹ ਫੰਕਸ਼ਨ ਕਰਵਾ ਰਹੇ ਹੋ, ਪ੍ਰੋਗਰਾਮ ਕਰਵਾ ਰਹੇ ਹੋ, ਤੁਸੀਂ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ? ਸਰ, ਇਹਦੇ ਬਾਰੇ ਅਸੀਂ ਇਹੀ ਕਹਿਣਾ ਚਾਹ ਰਹੇ ਹਾਂ ਵੀ ਜਿਹੜਾ ਫੰਕਸ਼ਨ ਹੈ ਇਹਦੇ ਵਿੱਚ ਬੱਚਿਆਂ ਦਾ ਪਾਰਟੀਸਪੇਟ ਹੋਣਾ ਬਹੁਤ ਜ਼ਰੂਰੀ ਹੈ। ਜੇ ਆਪਾਂ ਫੰਕਸ਼ਨ ਕਰਾਂਗੇ ਤਾਂ ਬੱਚੇ ਪਾਰਟੀਸਪੇਟ ਕਰਨਗੇ, ਬੱਚਿਆਂ ਦੇ ਪਾਰਟੀਸਪੇਟ ਕਰਦੇ ਨੇ ਤਾਂ ਬੱਚਿਆਂ ਦੀ ਜਿਹੜੀ ਸੰਗ ਹੈ ਉਹ ਖੁੱਲ੍ਹਦੀ ਹੈ, ਸਟੇਜ 'ਤੇ ਜਾਣ ਦਾ ਬੱਚਿਆਂ ਨੂੰ ਮੌਕਾ ਮਿਲਦਾ ਤਾਂ ਬੱਚਿਆਂ ਦੇ ਵਿੱਚ ਹੌਸਲਾ ਵੱਧਦਾ। ਅਤੇ ਇਸ ਕਰਕੇ ਅਸੀਂ ਮਤਲਬ ਹਰ ਸਾਲ ਫੰਕਸ਼ਨ ਕਰਦੇ ਹਾਂ ਐਨੂਅਲ, ਵੀ ਨਾਲੇ ਬੱਚਿਆਂ ਦਾ ਐਂਟਰਟੇਨਮੈਂਟ ਹੋ ਜਾਂਦਾ, ਨਾਲੇ ਰਿਜ਼ਲਟ ਅਨਾਊਂਸ ਹੁੰਦਾ ਪੇਰੈਂਟਸ ਨੂੰ। ਤੁਸੀਂ ਇੰਜੋਏ ਕਰ ਰਹੇ ਹੋ ਜੀ? ਫੁੱਲ ਇੰਜੋਏ ਕਰ ਰਹੇ ਹਾਂ ਜੀ। ਬੱਚੇ ਜੀ? ਬੱਚੇ ਸਾਡੇ ਤੋਂ ਵੱਧ ਕਰਦੇ ਨੇ ਜੀ। ਬਹੁਤ ਵਧੀਆ ਕਰਾਉਂਦੇ ਨੇ, ਬਹੁਤ ਵਧੀਆ ਹੁੰਦੀ ਹੈ, ਹਾਂਜੀ ਬਹੁਤ ਅੱਛਾ ਲੱਗਦਾ ਗਾ। ਮੇਰਾ ਰੁਪਿੰਦਰ ਕੌਰ ਜੀ। ਬਹੁਤ ਵਧੀਆ ਜੇ ਫੰਕਸ਼ਨ ਕਰਾਉਣੇ ਤਾਂ ਬਹੁਤ ਅੱਛੀ ਗੱਲ ਹੈ, ਸਾਡੇ ਬੱਚੇ ਚੰਗੇ ਪਾਸੇ ਸਿੱਖਦੇ ਆ, ਕੋਈ ਸਿੱਖਿਆ ਮਿਲਦੀ ਹੈ ਬੱਚਿਆਂ ਨੂੰ, ਅੱਗੇ ਅੱਛੀਆਂ ਲਾਈਨਾਂ 'ਚ ਜਾਣਗੇ, ਗਿੱਧੇ 'ਚ ਜਾਂਦੇ, ਭੰਗੜੇ 'ਚ ਜਾਂਦੇ, ਕਿਸੇ ਵੀ ਟਾਈਪ ਦੇ ਉਸ 'ਚ ਕਰਦੇ ਤੇ ਬਹੁਤ ਵਧੀਆ ਜੀ ਕਰਦੇ ਸਾਡੇ ਲਈ ਤਾਂ ਇਹ। ਥੈਂਕ ਯੂ। ਇਹਨਾਂ ਤੋਂ ਇਲਾਵਾ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਯਾਦਵਿੰਦਰ ਸਿੰਘ MC, ਸੁਖਜੀਤ ਕੌਰ ਸੁਖੀ MC, ਤੇਜਿੰਦਰ ਸਿੰਘ ਸੋਨੀ ਜਾਗਲ ਨੇ ਵੀ ਆਪਣੀ ਹਾਜ਼ਰੀ ਲਗਵਾਈ। ਸਕੂਲ ਦੇ ਚੇਅਰਮੈਨ ਸ਼੍ਰੀ ਸਰੂਪ ਰਾਮ ਅਤੇ ਪ੍ਰਿੰਸੀਪਲ ਅਸ਼ੋਕ ਕੁਮਾਰ ਜੀ ਨੇ ਸਾਰੇ ਆਇਆਂ ਮਹਿਮਾਨਾਂ ਦਾ ਵੀ ਧੰਨਵਾਦ ਕੀਤਾ। ਹਾਂਜੀ ਸਰ, ਪਹਿਲਾਂ ਪਤਾ ਸਾਡੀ ਟੀਮ ਵੱਲੋਂ ਜੀ, ਥੈਂਕ ਯੂ ਜੀ। ਜੋ ਤੁਸੀਂ ਫੰਕਸ਼ਨ ਕਰਾਉਂਦੇ ਹੋ, ਹਾਂਜੀ ਤੁਸੀਂ ISR ਕਰਾਉਂਦੇ ਹੋ, ਹਾਂਜੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਬਈ ਇਸ ਵਾਰ ਬੱਚਿਆਂ ਨੂੰ ਹੌਸਲਾ ਵੱਧਦਾ, ਸਟੇਜ 'ਤੇ ਚੜ੍ਹਦੇ ਨੇ, ਕਿਉਂਕਿ ਆਉਣ ਵਾਲਾ ਸਮਾਂ ਸਾਰਾ ਹੈਗਾ ਸਟੇਜ 'ਤੇ ਹੀ ਆ ਹਰੇਕ, ਕਿਉਂਕਿ ਕੋਈ ਕਿਸੇ ਨੇ ਮੰਤਰੀ ਬਣਨਾ, ਕਿਸੇ ਨੇ ਕੁਛ ਬਣਨਾ, ਜਿੰਨਾ ਬੱਚਾ ਸਟੇਜ 'ਤੇ ਨਹੀਂ ਚੜੂਗਾ ਉਹ ਬੋਲ ਨਹੀਂ ਸਕਦਾ ਜਨਤਾ ਨੂੰ ਅੱਗੇ। ਇਸ ਕਰਕੇ ਸਟੇਜ ਕਰਾਉਂਦੇ, ਬੱਚੇ ਦਾ ਹਰੇਕ ਬੱਚਾ ਸਟੇਜ 'ਤੇ ਜਾ ਕੇ ਆਪਣੇ ਆਪ ਨੂੰ ਇਹ ਸਮਝੇ ਕਿ ਮੈਂ ਸਟੇਜ 'ਤੇ ਲੋਕਾਂ ਦੇ ਸਾਹਮਣੇ ਬੋਲ ਸਕਦਾ ਹਾਂ। ਸਰ, ਤੁਸੀਂ ਕਿੰਨਵਾਂ ਫੰਕਸ਼ਨ ਕਰਵਾ ਰਹੇ ਹੋ? ਸਰ, ਅਸੀਂ ਇਹ 12ਵਾਂ ਕਰਵਾ ਰਹੇ ਹਾਂ, 2002 ਤੋਂ ਚਾਲੂ ਹੋਇਆ, 2019 17ਵਾਂ ਫੰਕਸ਼ਨ ਕਰਵਾ ਰਹੇ ਹਾਂ ਜੀ। ਅਤੇ ਸਰ, ਜਿਹੜਾ ਤੁਹਾਡਾ ਸਕੂਲ ਹੈ, ਕੋਈ ਤੁਸੀਂ ਇਹਦੇ ਕੋਈ ਅਪਗ੍ਰੇਡ ਵਾਸਤੇ, ਕੋਈ 12ਵੀਂ ਵਾਸਤੇ ਕੋਈ ਤੁਸੀਂ ਲਾਈ ਐਪਲੀਕੇਸ਼ਨ ਕੋਈ? ਹਜੇ ਸਾਡਾ ਸਕੂਲ ਪਹਿਲਾਂ 8 ਤੱਕ ਸੀ, ਅਸੀਂ ਅਪਗ੍ਰੇਡ ਤਨ ਤੱਕ ਕੀਤਾ, ਹਜੇ ਅਸੀਂ ਸੋਚ ਰਹੇ ਹਾਂ ਕਿ ਅਪਗ੍ਰੇਡ ਕਰੀਏ। ਹਾਂਜੀ। ਬਿਊਰੋ ਰਿਪੋਰਟ, ਦ ਨਿਊਜ਼ ਪੰਜਾਬ, ਚੰਡੀਗੜ੍ਹ।